ਰਾਣਾ ਕੇਪੀ ਜੀ, ਰਾਣਾ ਬਲਵੀਰ ਸਿੰਘ ਜੀ ਸਿੱਧੂ, ਰਾਣਾ ਜਗਮੋਹਨ ਸਿੰਘ ਜੀ ਕੰਗ, ਸਾਡੇ ਛੋਟੇ ਵੀਰ ਔਰ ਰੋਪੜ ਹਲਕੇ ਦੀ ਸਾਡੀ ਨੁਮਾਇੰਦਗੀ ਕਰ ਰਹੇ ਨੇ ਢਿੱਲੋਂ ਸਾਹਿਬ। ਇੱਥੇ ਸਾਰੇ ਆਏ ਮੇਰੇ ਸਤਿਕਾਰਯੋਗ ਬਜ਼ੁਰਗੋ, ਨੌਜਵਾਨ ਸਾਥੀਓ, ਮਾਤਾ ਭੈਣੋ, ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਸਾਰੇ ਅਨੰਦਪੁਰ ਸਾਹਿਬ ਜਾ ਰਹੇ ਹਾਂ ਮੱਥਾ ਟੇਕਣ ਵਾਸਤੇ ਔਰ ਉੱਥੋਂ ਨੈਣਾ ਦੇਵੀ ਜਾਵਾਂਗੇ। ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਸਾਡੇ ਨਾਲ ਚੱਲੋ ਮੱਥਾ ਟੇਕਣ ਵਾਸਤੇ। ਔਰ ਅੱਜ ਆਪਾਂ ਆਪਣੀ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਹੈ ਔਰ ਮੈਨੂੰ ਪੂਰੀ ਉਮੀਦ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਆਪਾਂ 19 ਮਈ ਨੂੰ ਜਿੱਤ ਹਾਸਲ ਕਰਕੇ ਰਾਹੁਲ ਗਾਂਧੀ ਜੀ ਦੀ, ਕੈਪਟਨ ਅਮਰਿੰਦਰ ਸਿੰਘ ਜੀ ਦੀ ਝੋਲੀ 'ਚ ਸੀਟ ਪਾਵਾਂਗੇ। ਬਹੁਤ ਬਹੁਤ ਧੰਨਵਾਦ। ਦੇਵੀ ਦੇ ਮੱਥਾ ਟੇਕਣ ਜਾ ਰਹੇ ਹਾਂ। ਮੱਥਾ ਟੇਕ ਕੇ ਅਸੀਂ ਆਪਣੇ ਚੋਣ ਪ੍ਰਚਾਰ ਨੂੰ ਸ਼ੁਰੂਆਤ ਕਰਾਂਗੇ ਔਰ 19 ਮਈ ਨੂੰ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ ਜਿੱਤ ਕੇ ਸ੍ਰੀ ਰਾਹੁਲ ਗਾਂਧੀ ਜੀ ਦੀ, ਕੈਪਟਨ ਅਮਰਿੰਦਰ ਸਿੰਘ ਜੀ ਦੀ ਝੋਲੀ 'ਚ ਪਾਵਾਂਗੇ। ਚੰਦੂਮਾਜਰਾ ਸਾਹਿਬ ਦਾ ਕਹਿਣਾ, ਦੋ ਥਾਂ ਦੇ ਉੱਤੇ ਜਿਹੜਾ ਹੈਗਾ ਤੁਹਾਡਾ ਸਵਾਗਤ ਕੀਤਾ ਜਾ ਰਿਹਾ। ਚੰਦੂਮਾਜਰਾ ਸਾਹਿਬ ਵੀ ਲਗਾਤਾਰ ਇਹ ਨਿਸ਼ਾਨੇ ਲਾ ਰਹੇ ਨੇ ਕਿ ਜਿਹੜੀ ਰੋਪੜ ਦੇ ਵਿੱਚ ਹੈਗੀ ਆ ਕਾਂਗਰਸ ਦੋ ਧੜੇਬੰਦੀਆਂ ਦੇ ਵਿੱਚ ਜਿਹੜੀ ਵੰਡੀ ਗਈ ਹੈ। ਏਦਾਂ ਕਾਂਗਰਸ ਦੇ ਵਿੱਚ ਕੋਈ ਧੜਾ ਨਹੀਂ ਹੈ, ਪੂਰੇ ਪੰਜਾਬ ਦੇ ਵਿੱਚ ਸਾਰੀ ਕਾਂਗਰਸ ਇਕੱਠੀ ਹੈ। ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ, ਇਹਨਾਂ ਦੀ ਬੂੰਦੀਆਂ ਉਡਾ ਲੱਗੇ। ਬਸ ਹੋ ਗਏ।